हैलो वेलकम गाइज, अज्ज स्वागत है तुहाडा अज्ज अपने नवे ब्लॉग दे विच। लो भी मित्रों, अज्ज आपां कंबाइन मशीन की करती रिपेयर स्टार्ट। मैं हो गया थोड़ा जिहा लेट, अपने बंदिया ने फीडर फूडर लिया ला मैंने फीडर फूडर ला लिया। देखो आपां डिग्गी च ना नाल ला के पूरे गटका ला गया, आराम ना डिग्गी जी लै जाता फिटर। बड़े ध्यान ट्रैक्टर ड्रम कढ़न लगे हैं। हुण आपां टायर तां खोलना पैंदा जी, पुली हार्ड ना निकलदी नहीं गी, टायर ला के सौखा आराम ना कम। बंदरी हुणी फड़ा कट करी हाँ भी गप्पी अर गई ला शाफ्ट कढ़ीए करा ए कहता लातो के बूत बातो के थोड़ी मानते होंगे। ओ भैया हौली राम ने खेतला निकल गई। चल चल गुड, छड़ दे कोई नहीं, वो नहीं कदे जाने। कटर वाला बनाओ खड़ा, उन्हू बाद मिल दे। दोनों पासे बराड़ा पा लो बड़िया। बिंदरी हाथ पवा दे उधर नाल। लो भी ड्रम आ गया बारह अपना, बाहर कटाले नट खुल गए भी ठीक है, करते हैं उदू बाद साफ बेड बुड। तो भी मित्रों चेक कर लो मशीन हैगी अपनी बारह मॉडल रिपोर्ट पी है। हाँ एस एम एस वाला जगाड़ अपना, उदियाँ पुड़ियाँ लाने में एंकल लगे हुई हैं। एस एम एस अपना पे उधर ले छे सैट ही लिया है आप ट्रैक्टर के नाल ही, मेन ट्रैक्टर स्टैंडर्ड। हाँ भैया अपनी झोने ड्रम के बास्केट इन भी कट के धोने करते हैं साफ सूफ, स्पैका स्पूका बदलने पाने मित्रों। कल कहना हाथ ना ही नाट काट पा। चलो जी
ਪੜ੍ਹ ਦੋ ਹੁਣ ਇੱਥੇ ਰੱਖ लो जी कणक वाला ड्रम के बागड़ आ गई बारह बेड बुड करते हैं बिचो साफ गैप ड्रम देख कलकमा सैट अपना ਜਿਹੜੀਆਂ ਖਰਾਬ ਆ ਪੱਕੇ ਕਰ ਲਈਆਂ ਤਾਂ ਕੰਮ ਲੈ ਲੱਗਿਆ ਮੈਂ ਤਾਂ ਉਹੀ ਪਾ ਕੇ ਪਹਿਲਾਂ ਖਲਾਸ
ਬੈਨ ਲੈਣ ਨੂੰ ਸਾਰਿਆਂ ਨੂੰ ਗ੍ਰੀਨ ਗ੍ਰੀਨ ਦੇ ਕੇ ਦੇਖਿਆ ਜੀ, ਇਹਨੂੰ ਨਹੀਂ ਆਇਆ ਪੱਤ ਲੈਣਾ। ਓਕੇ ਰਿਪੋਰਟ ਆ ਬਦਲੀਆਂ ਮਿੱਤਰੋ, ਆਹ ਸਪੈਕਾਂ ਪਾਈਆਂ ਲਿਆ ਕੇ ਨਵੀਆਂ, ਇੱਥੇ ਟੂ ਸਾਈਡਡ ਆ, ਕਸ਼ਮੀਰ ਦੀਆਂ ਹੈਵੀ ਆ, ਬਹੁਤ ਵਧੀਆ ਸਿਸਟਮ ਆ। ਦੋ ਸੀਜ਼ਨ ਲਾ ਕੇ ਫੇਰ ਘੁੰਮਾ ਕੇ ਪਾ ਦਿਓ, ਜ਼ਿਆਦਾ ਕੋਸਟਲੀ ਵੀ ਨਹੀਂ ਪੈਂਦੀ, ਵਧੀਆ ਲੱਗੀਆਂ ਤੁਹਾਨੂੰ ਆਹ, ਅਤੇ ਵਧੀਆ ਪਾਉਣਾ ਆਪਾਂ ਲਿਆ ਕੇ। ਆਹ ਗੈਪ ਡਰਾਮ ਵਾਲਾ ਪਟਾ ਕਰ ਗਿਆ ਸੀਗਾ, ਇਹ ਲਾਉਣਾ ਨਵਾਂ ਆਪਾਂ, ਪੱਟ ਲਿਆ ਮਿਲ ਰਹੀ ਬਾਈ, ਨਵਾਂ ਲਾਉਣਾ, ਇਹਦੇ ਨਾਲ ਮਾਰ ਨਹੀਂ ਚੜ੍ਹਦਾ ਤਾਂ ਬਾਕਰਾਂ 'ਤੇ, ਰੋਕ ਲਈ ਹੁੰਦਾ ਵਧੀਆ ਸੀ। ਫਿਰ ਆਇਆ ਸਿੱਧੀ ਕੋਈ ਨਹੀਂ ਡੈਗਦੀ ਮੰਦਰ ਜਾ ਕੇ, ਤਾਂ ਬੱਕਰਾਂ 'ਤੇ ਨਾ ਸਫਾਈ ਵਧੀਆ ਆਉਂਦੀ ਆ, ਰੋਕਦਾ ਹੀ ਆ ਮਾਂ ਨੂੰ, ਇਹ ਖੜ ਗਿਆ ਸੀ ਯਾਰ। ਨਵੇਂ ਪਟੇ 'ਚ ਮਾਰਤੀਆਂ ਗਲੀਆਂ, ਥੋੜ੍ਹਾ ਜਿਹਾ ਚੌੜਾ ਲਾਇਆ ਪਤਾ, ਹੈਵੀ ਆ ਛੇਤੀ ਨਹੀਂ ਜਾਂਦਾ। ਲਓ ਵੀ ਲੱਗ ਗਿਆ ਪਤਾ, ਲੜਕਾਦੇ ਹਾਂ ਇੰਨੀ ਨਾ ਗੱਲਬਾਤ, ਮਾਰ ਨਹੀਂ ਚੜੂ ਹੁਣ ਗੈਪ ਡਰੰਮ ਦੇ। ਮੂਹਰੋਂ ਮਸ਼ੀਨ ਸਾਰੀ ਰੈਡੀ ਆ, ਬਾਸਕਟ ਸੁੱਟਣ ਲੱਗੇ ਆਪਾਂ, ਹੁਣ ਸਰੀਏ ਸਰੀਏ ਲਾਤੇ ਸੀਗੇ ਬਾਸਕਟ ਦੇ, ਥੋੜ੍ਹੀ ਹੋਰ ਤੋਰ ਲਉਂਦਾ ਲੱਗ ਗਈ ਬਾਹਰ ਕੱਟ ਗਾਣੇ। ਓਕੇ ਨੱਟ ਪਾਉਂਦੇ ਇਹਦੇ, ਕਰ ਲਈ ਨਟ ਪੈ ਗਏ ਬਾਸਕਟ ਮੂਰ ਨੇ, ਏਦਾਂ ਗੱਤਕਾ ਲਾ ਕੇ ਆਰਾਮ ਨਾਲ ਬੈਲੈਂਸ 'ਤੇ ਖੜੀਏ, ਸਾਰੇ ਨਟ ਪੈ ਜਾਣੇ ਆਰਾਮ। ਇਹ ਆਪਣਾ ਫੈਸ਼ਰ ਵਾਲਾ ਬੈਰੰਗਾ ਮੇਨ 10 ਨੰਬਰ ਪਾਉਣਾ ਆਪਾਂ, ਪਾ ਕੇ ਨਵਾਂ 10 ਨੰਬਰ ਬੈਰੰਗ ਮੇਨ ਫੈਸ਼ਰ ਵਾਲਾ ਆਪਣਾ ਨਵਾਂ ਪਾਇਆ ਸੀ TR ਦਾ, ਕਿਉਂਕਿ ਫਿਰ ਆਪਾਂ ਨੂੰ ਆ ਟਾਇਰ ਖੋਲ੍ਹਣਾ ਪੈਂਦਾ ਗਾ, ਪ੍ਰੋਬਲਮ ਆਉਂਦੀ ਆ ਉੱਥੇ, ਤਾਂ ਕਰਕੇ ਥੋੜ੍ਹੀ ਛੱਪ ਸੀ ਨਵੀਂ ਪਤਾ ਹੁਣ। ਆਹ ਦੋ ਲੱਗੀ
लो भी मित्रो ड्रम पाउन लगे हैं बाल सेट उके करती थी वजन काफी है चलो तो भी ड्रम वाली शाख आएगी लो भी ड्रम पै गया अपना ਐਲਕੀਆਂ ਵਗੈਰਾ ਬੈਰੀਆਂ ਦੀਆਂ ਕਾਸ਼ਤ ਸਿਰੇ ਦੀ ਸੈਟਿੰਗ ਕਰ ਲਈ ਉਸ ਤੋਂ ਬਾਅਦ ਭਾਰਾ ਹੀ 500 ਜਿੰਨਾ ਜ਼ੋਰ ਲੱਗ ਗਿਆ ਇਹਨੂੰ ਪਾਉਣ ਲਓ ਵੀ ਮਿੱਤਰੋ ਡਰੰਮ ਬੰਨਿਆ ਗਿਆ ਸੈਟਿੰਗ ਆ ਗਈ ਪੂਰੀ ਅੱਬੀਆਂ ਲਾ ਕੇ ਨਾਟਕ ਆਪਕੇ ਉੱਤੇ ਰੂਪੇ ਇਹ ਦੰਦਰੇ ਹੱਥ ਨਾਲ ਗੇੜਾ ਪਾ ਦੇ ਬਾਈ ਲਓ ਜੀ ਜਮਾ ਉੱਤੇ ਰੂਪੇ ਆ ਲਓ ਵੀ ਡਰਮ ਡਰਮ ਪੈ ਕੇ ਚੰਦ ਲਾ ਦੇ ਪਲੇਟ ਵੀ ਲੱਗ ਗਈ ਇਧਰੋਂ ਹੋ ਗਈ ਮਸ਼ੀਨ ਉੱਤੇ ਡਰੰਮ ਬੰਨਤਾ ਠੀਕ ਹੈ ਜੀ ਹੁਣ ਲੱਗੇ ਆਪਾਂ ਟਾਇਰ ਕਸਣ ਟਾਇਰ ਕਾਸ ਕੇ ਫਿਰ ਪਾਉਂਦੇ ਹਾਂ ਗੇੜਾ ਆਪਾਂ ਟਰੈਕਟਰ ਨਾਲ ਡਰੰਮ ਦਾ ਚੈੱਕ ਕਰਕੇ ਫਿਰ ਫੀਡਰ ਚੜਾਂਗੇ ਲਓ ਲੋ ਵੀ ਛਾਣਨੇ ਪਾਉਣ ਲੱਗੇ ਹਾਂ ਪਰ ਗੋੜ ਗਲੀ ਵਾਲਾ ਉੱਨੀ ਨੰਬਰ ਦਾ ਝੋਨੇ ਕਣਕ ਨੂੰ ਆਪਣਾ ਪਾਇਆ ਹੁੰਦਾ 17 ਨੰਬਰ ਮੱਕੀ ਨੂੰ ਗੋੜ ਗਲੀ ਵਾਲਾ ਹੈ ਉਹਨਾਂ ਦਾ ਛਾਣਨੇ ਦੀ ਸੈਟਿੰਗ ਕਰ ਲਈ ਮੂਰਲਾ ਪੈ ਗਿਆ ਹੈ ਇਹ ਨਾ ਆਪਣੇ ਟੱਟ ਨੇ ਬਣਾਏ ਹੋਏ ਆ ਦੂਜਾ ਵੀ ਜਿਹੜਾ ਪਾਉਂਦੇ ਆ ਮਗਰ ਆਇਆ ਜੀ ਸਾਫ ਕਰਨਾ ਮਗਰਲਾ ਕੱਢ ਕੇ ਇਕੱਲਾ ਛੋਟਾ ਜਾਣਾ ਫਿਰ ਸਾਫ ਹੋ ਜਾਂਦੀ ਸੀ ਕਾਫੀ ਠੀਕ ਆ ਵਧੀਆ ਲੱਗਿਆ ਸਾਨੂੰ ਸੈਸ਼ਨ ਇਹ ਹੁਣ ਇਹ ਰਹਿ ਗਿਆ ਪਾਉਣ ਵਾਲਾ ਬਸ ਬਾਕੀ ਓਕੇ ਹੋ ਗਈ ਬੁਰ ਸਾਰੀ ਕਿੱਡੇ ਹੋ ਥੋੜ੍ਹਾ ਛਾਣਨਾ ਪੈ ਗਿਆ ਲਓ ਵੀ ਛਾਣਨੇ ਪੈ ਗਏ ਉੱਕੇ ਰਿਪੋਰਟ ਹੋ ਗਈ ਮਗਰੋਂ ਰਸਤੇ ਛਾਣਨੇ ਲਓ ਵੀ ਬਲੇਡ ਵੀ ਆਪਣਾ ਨਵਾਂ ਝੰਡੀ ਜਾਂਦਾ ਫੋਰਨਾ ਸਾਹਿਬ ਪਾਣੀ ਦੀ ਰਿਪੇਅਰ ਕਰਤੀ ਸੀ ਥੋੜ੍ਹੀ ਬਹੁਤ ਹਾਂ ਪਿਆ ਸਪੇਅਰ ਰੱਖ ਲੈਣਾ ਆਪਾਂ ਨਵਾਂ ਬਲੇਡ ਬਣਾ ਲਿਆ ਇਹ ਰੂਮਿਆਂ ਦੀ ਸੈਟਿੰਗ ਕਰੀ ਜਾਂਦੇ ਬਾਈ ਜੀ ਚੁੰਗਾ ਪਲਾਂਘਾ ਪਾ ਦੀਆਂ ਰਬੜਾਂ ਪਾ ਦੀਆਂ ਬੈਰਨ ਪਲੀਜ਼ ਮਰੀ ਗਿਆ ਘੱਟ ਵੀ ਤੇਰੀ ਚਾਰ ਲੱਗੇ ਹੁਣ ਆਪਾਂ ਕੰਗਰਾਂ ਰਹਿਣੀਆਂ ਕੰਗਰਾਂ ਜਿਹੜੀਆਂ ਫੇ ਕਰਨ ਵਾਲੀਆਂ ਸੀਗੀਆਂ ਉਹ ਕਰ ਦੇਣੀਆਂ ਆਪਾਂ
ਤੇ ਕਰ ਦਿਆ ਕਰ ਤੁਸੀਂ ਪ੍ਰੋਪਰ ਸੈਟਿੰਗ ਹੋ ਜੂਗੀ। ਲੋ ਵੀ ਮਿੱਤਰੋ ਬਾਕੀ ਆ ਸਾਰਾ ਕੁਝ ਰੈਡੀ ਸੀ, ਹੀਟਰ ਪਾਉਣ ਲੱਗੇ ਆ ਹੁਣ। ਜਿਵੇਂ ਆਪਾਂ ਟਿੱਕੀ ਲਾਇਆ ਸੀ ਦੱਸਿਆ ਸੀ ਵਾ ਆਈ ਆਪਾਂ ਪਾ ਦੇਣਾ, ਬਹੁਤ ਸੌਖਾ ਕੰਮ ਆ। ਮੈਂ ਜ਼ੋਰ ਨਹੀਂ ਲਾਉਣਾ ਪੈਂਦਾ ਬਾਹਲਾ ਟਰੈਕਟਰ ਦੀ, ਲੈਫਟ ਚੱਕ ਕੇ ਆਰਾਮ ਨਾਲ ਪਾ। ਹੋਰ ਚੱਕ ਨਹੀਂ ਮੜੇ ਆ, ਚੱਕ ਲਾ ਕੋਈ ਨੀ, ਚੱਕ ਲਾ ਚੱਕ ਲਾ। ਆਉਣ ਦੇ ਚੱਲ ਚੱਲ ਚੱਲ, ਦੇਖ ਲਓ ਬਹੁਤ ਆਸਾਨੀ ਨਾਲ ਆਰਾਮ ਨਾਲ ਲਿਆਓ। ਲੋ ਜੁੱਟ ਕੇ ਪੈ ਗਏ, ਹਣੀ ਸੱਟ ਲਾ ਤੁਹਾਡਾ ਆਰਾਮ ਨਾਲ ਪੈ ਗਿਆ ਫੀਡਰ। ਨਾ ਹੀ ਆਪਾਂ ਹੌਲੀ ਹੌਲੀ ਟਰੈਕਟਰ ਗਾਂਹ ਕਰਕੇ ਥੱਲੇ ਚੱਕਣੀਆਂ ਗੁੱਲੀਆਂ ਪਾ ਦੇਣੀਆਂ। ਲੋ ਵੀ ਮਿੱਤਰੋ ਐਂ ਡਿੱਗੀ ਦੇ ਖੜਾ ਕੇ ਆਪਾਂ ਚੱਕ ਵਾਲੀਆਂ ਗੁੱਲੀਆਂ ਪਾ ਦੇਣੀਆਂ ਵਾ, ਚੱਕ ਪੈ ਜਾਣੇ ਆਪਣੇ। ਹਲੋ ਉੱਤੇ ਲੈਫਟ ਸੈੱਟ ਕਰਕੇ ਜਿੱਥੇ ਚੱਕ ਹੁੰਦੇ ਆਪਣੇ, ਆਰਾਮ ਨਾਲ ਦੇਖ ਲਓ ਪੈ ਗਈਆਂ। ਫੀਟਰ ਪਾਉਣ ਚ ਕੋਈ ਬਾਹਲੀ ਪਰੇਸ਼ਾਨੀ ਨੀ ਆਉਂਦੀ ਹੈਗੀ, ਆਰਾਮ ਨਾਲ ਦੇਖ ਲਓ ਖਾਣਾ ਗੁੱਲੀਆਂ ਪਈਆਂ, ਆਰਾਮ ਨਾਲ ਚੱਕ ਪੈ ਗਏ। ਉਦੋਂ ਬਾਅਦ ਆਰਾਮ ਨਾਲ ਲੈਫਟ ਹੈਲਪਰ ਚੈੱਕ ਉੱਤੇ ਆਪਾਂ ਪਾ ਕੇ ਗੁੱਲੀ ਵਿੱਚ ਡਿੱਗੀ ਕੱਢ ਕੇ ਲੈ ਜਾਣੀ ਹੈ, ਫੀਟਰ ਆਪਣਾ ਸੈੱਟ ਹੋਇਆ। ਲਓ ਵੀ ਮੈਂ ਫੀਟਰ ਡਿੱਗੀ ਰਾਤ ਹੀ ਆਪਾਂ ਆਰਾਮ ਨਾਲ ਗੁੱਲੀਆਂ ਪੈ ਗਈਆਂ ਫੀਟਰ ਉੱਤੇ ਆਪਣਾ। ਲਓ ਵੀ ਗੇੜਾ ਪਾਉਣ ਲੱਗੇ ਆ ਬਾਬੇ ਦਾ ਨਾਂ ਲੈ ਕੇ, ਛੱਡਦੇ ਛੱਡਦੇ ਬਾ ਸਿਰਾ ਜਮਾ ਹੀ ਬਾਜ ਨੀ ਹੈਗੀ ਕਿਸੇ ਚੀਜ਼ ਦੀ, ਬਾਬੇ ਦੀ ਕਿਰਪਾ ਨਾਲ ਚਲੋ ਫਿਰ ਫੋਟੋ ਵੀ ਰਿਪੋਰਟ ਆ ਪੱਤਰ।